ਹਾਂਜੀ ਨਮਸਕਾਰ ਦੋਸਤੋ, ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਕਿ ਟਰਾਂਸ ਗਾਰਡ ਦੀ ਇੰਟਰਵਿਊ ਹੈਗੀ ਆ 10 ਤਰੀਕ ਦੀ ਫਾਈਨਲ ਹੋਈ ਆ ਜੀ ਡੇਟ ਹੁਸ਼ਿਆਰਪੁਰ ਦੇ ਵਿੱਚ। ਜਿਹੜੇ ਮੇਰੇ ਵੀਰਾਂ ਦੀ ਇੰਗਲਿਸ਼ ਵਧੀਆ ਆ ਅਤੇ ਜਾਣਾ ਹੀ ਜਾਣਾ ਚਾਹੁੰਦੇ ਆ, ਉਹਨਾਂ ਨੂੰ ਸਿਲੈਕਟ ਕਰਾ ਦਿੰਦੇ ਹਾਂ, ਥੋੜ੍ਹੀ ਬਹੁਤੀ ਹੈਲਪ ਕਰ ਦਿੰਦੇ ਹਾਂ, ਮਤਲਬ ਕੁਐਸਚਨ ਆਨਸਰ ਡਿਸਕਸ ਕਰਕੇ, ਕੋਈ ਸਿਫਾਰਿਸ਼ ਨਾਲ ਨਹੀਂ। ਸੋ ਜਿਨ੍ਹਾਂ ਦੀ ਇੰਗਲਿਸ਼ ਵਧੀਆ ਹੈਗੀ ਆ ਅਤੇ ਜੇ ਸਿਲੈਕਟ ਹੋਣਾ ਚਾਹੁੰਦੇ ਪਲੀਜ਼ ਕੋਂਟੈਕਟ ਕਰ ਲਓ ਜਲਦੀ ਤੋਂ ਜਲਦੀ। 10 ਤਰੀਕ ਦੀ ਇੰਟਰਵਿਊ ਆ, ਟਰਾਂਸ ਗਾਰਡ ਕੰਪਨੀ ਗੁਰੂ ਹੈਗੀ ਦੁਬਈ ਵਾਸਤੇ ਆ, 2262 ਦਰਾਮ ਸੈਲਰੀ ਆ, ਠੀਕ ਆ ਜੀ। ਖਰਚਾ ਬਹੁਤ ਜੈਨੂਅਨ ਆ ਇਹਦਾ, ਪਹਿਲਾਂ ਵਾਲਾ ਖਰਚਾ ਨਹੀਂ ਹੈਗਾ, ਘੱਟ ਆ ਖਰਚਾ। ਅਤੇ ਜਿਹਦੇ ਵਿੱਚ DPS ਟੈਸਟ ਵੀ ਹੋਣਾ ਆ, ਉਹ ਹੈਗਾ ਟੈਸਟ। ਅਤੇ ਪਲੀਜ਼ ਵਟਸਐਪ ਕਰ ਦਿਓ ਆਪਣਾ ਨੰਬਰ ਕੋਂਟੈਕਟ, ਇੱਦਾਂ ਕੁਐਸਚਨ ਕਈ ਮੁੰਡੇ ਮੰਗ ਰਹੇ ਆ, ਜਿਹੜੇ ਹੈਗੇ ਸੀਰੀਅਸਲੀ ਟੱਚ ਅਪ ਵਿੱਚ ਉਹ ਦੱਸਣ ਮੈਨੂੰ, ਕੁਐਸਚਨ ਆਨਸਰ ਡਿਸਕਸ ਕਰ ਲੈਂਦੇ ਹਾਂ। ਸੋ ਜਲਦੀ ਤੋਂ ਜਲਦੀ ਕਰੋ, 10 ਤਰੀਕ ਨੂੰ ਸੰਡੇ ਨੂੰ ਇੰਟਰਵਿਊ ਹੈਗੀ ਆ, ਅੱਜ ਆਈ ਥਿੰਕ ਟਿਊਜ਼ਡੇ ਹੈਗਾ ਆ, ਅਤੇ 2-4 ਦਿਨ ਹੈਗੇ ਆ, ਤਾਂ ਤਿਆਰੀ ਕਰ ਲਈਏ ਵਧੀਆ, ਠੀਕ ਆ ਜੀ। ਹਾਈਟ ਦਾ ਸਾਰਿਆਂ ਨੂੰ ਪਤਾ ਹੀ ਆ ਕਿ 5'7" ਇੰਚ ਚਾਹੀਦੀ ਆ, ਬਟ ਇੰਗਲਿਸ਼ ਵਧੀਆ ਚਾਹੀਦੀ ਆ। ਜਿਨ੍ਹਾਂ ਦੀ ਵਧੀਆ ਇੰਗਲਿਸ਼ ਆ ਉਹਨਾਂ ਨੂੰ ਉੱਥੇ ਜਾ ਕੇ ਟੈਸਟ ਹੋਣਾ DPS ਦਾ, ਸਾਰਿਆਂ ਨੂੰ ਪਤਾ ਹੀ ਆ। ਅਤੇ ਉਹ DPS ਦੇ ਟੈਸਟ ਵਾਸਤੇ ਜਿਹੜੇ ਆ ਉਨੇ ਕੁ ਕਾਬਲ ਹੋਣ, ਬਾਕੀ ਇੰਟਰਵਿਊ ਦੀ ਤਿਆਰੀ ਕਰਵਾ ਦਿੰਦੇ ਹਾਂ, ਠੀਕ ਆ ਜੀ। ਐਡਵਾਂਸ ਕੋਈ ਰੁਪਈਆ ਨਹੀਂ ਹੈਗਾ, ਸਾਰੀ ਪੇਮੈਂਟ ਆਫਟਰ ਵੀਜ਼ਾ ਆ, ਜਿਵੇਂ ਸਾਰਿਆਂ ਨੂੰ ਪਤਾ ਹੀ ਆ। ਤਾਂ ਕਈ ਬੰਦੇ ਜਿਹੜੇ ਆ ਸੋਚਦੇ ਆ ਕਿ ਜੀ ਡਾਇਰੈਕਟ ਹੋ ਜਾਈਏ ਤਾਂ ਆਪਾਂ ਪੈਸੇ ਘੱਟ ਲੱਗਣੇ ਆ, ਡਾਇਰੈਕਟ ਜਿੰਨੇ ਪੈਸੇ ਦਿਓ ਮੈਨੂੰ, ਕੋਈ ਜ਼ਿਆਦਾ ਪੈਸੇ ਦੇਣ ਦੀ ਲੋੜ ਨਹੀਂ ਹੈਗੀ, ਠੀਕ ਆ। ਕੋਈ ਹੈਲਪ ਜੇ ਮੈਂ ਕਿਸੇ ਦੀ ਕਰ ਸਕਦਾ ਤਾਂ ਵਧੀਆ ਗੱਲ ਹੋ ਜਾਏਗੀ, ਤੁਹਾਡਾ ਵੀਜ਼ਾ ਆ ਜਾਏਗਾ, ਠੀਕ ਆ ਜੀ। ਅਤੇ ਪਲੀਜ਼ ਕੋਂਟੈਕਟ ਕਰ ਲਓ, ਸਰਦਾਰ ਬੰਦਾ ਨੀਚੇ ਚੱਲਣਾ, ਟਰਬਨ ਮੈਨ, ਮੋਨੇ ਬੰਦੇ ਹੀ ਚਾਹੀਦੇ ਆ, ਠੀਕ ਆ ਜੀ। ਥੈਂਕ ਯੂ, ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਕਿਸੇ ਨੂੰ ਕੰਮ ਆ ਜਾਏ, ਅਤੇ ਜਿਨ੍ਹਾਂ ਨੇ ਚੈਨਲ ਨਹੀਂ ਲਾਈਕ ਕੀਤਾ ਉਹਨੂੰ ਸਬਸਕ੍ਰਾਈਬ ਕਰ ਲਓ ਚੈਨਲ, ਠੀਕ ਆ, ਅੱਗੇ ਦੀ ਵੀਡੀਓ ਪਤਾ ਲੱਗਦੀ ਰਹੂਗੀ।